ਹਾਂਜੀ ਅਸਲਾਮੁਆਲਿਕਮ ਤੁਸੀਂ ਦੇਖ ਰਹੇ ਹੋਏ ਐਬੀਸੀ ਟਿਚਾਬੀ ਲੋ ਜੀ ਮੈਂ ਵੀਡੀਓ ਲੈ ਕੇ ਜਿਹਦੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਰਹਿਤਰੀ ਤੇ ਹਮਰੇ ਜਨਸਾਰੇ ਰਹਿਤਰੀ ਹਮਰੇ ਜਨਸਾਂ ਨਵੀਂ ਜਿਹੜੀ ਚਾਰਮੀਦਿਆਂ ਦੀ ਆ ਰਹੇ ਨੇ ਉਹਨਾਂ ਦੇ ਲਈ ਕੀ ਰਿਕੁਆਇਰਮੈਂਟ ਹੈ ਔਰ ਕਿਦ ਦੇ ਲਈ ਨੀ ਹੈ ਵੀ ਤੇ ਔਰ ਇਹਦੇ ਵਿੱਚ ਕਾਲਾ ਜਿਹੜਾ ਯੂਜ਼ ਕੀਤਾ ਜਾਂਦਾ ਹੈ ਵੀ ਕਿਹੜੀ ਵੈਲਿਊ ਕਿੰਨੇ ਬੰਦਿਆਂ ਨੂੰ ਲੱਗਦੀ ਹੈ ਔਰ ਕਿੰਨੇ ਪੈਸੇ ਤੁਹਾਡੇ ਆ ਸਕਦੇ ਨੇ ਜਿੰਨੇ ਕਿਸ ਕਾਲਾ ਉਨੋਂ ਲੱਗਿਆ ਹੋਇਆ ਉਨੋਂ ਵਰਗਲਾ ਦੂਹੇ ਲੱਗਿਆ ਹੋਇਆ ਦੂਹੇ ਵਰਗਲਾ ਉਨੋਂ ਤੱਕ ਮੈਕਸਿਮਮ ਜਾਂਦਾ ਨਾਰਮਲੀ ਦੇ ਉਹਦੇ ਵਿੱਚ ਕਿੰਨੇ ਪੈਸੇ ਆ ਸਕਦੇ ਨੇ ਅੱਗੇ ਵਧਣੁਕਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਵਦ ਵਦ ਸ਼ੇਅਰ ਕਰਨਾ ਕੇ ਬਾਗੀ ਨਹੀਂ ਹੋ ਸਕੇ ਰੈਡੀ ਟੂ ਦੀ ਅਮਰਜੈਂਸ ਜਿਹੜਾ ਪ੍ਰੋਰੋਗਾ ਅਲਤਰੀ 4 ਮਹੀਨੇ ਇਹਨੂੰ ਪ੍ਰੋਰੋਗਾ ਯਾਨੀ ਕਿ ਤਸਵੀਰ ਦਿੱਤੀ ਜਾਂਦੀ ਹੈ ਹੋਰ 4 ਮਹੀਨਿਆਂ ਦੀ ਮਨਨ ਪਰਲੀ ਡਿਸਕੋਪਾਥੀ ਯਾਨੀ ਕਿ ਜਿਹੜਾ ਅਗਿਆ ਰੈਡੀ ਟੂ ਦੀ ਅਮਰਜੈਂਸਾ ਨਾਸਪੀਜ਼ਾ ਤੋਸੀਨਾ ਨਾਸਪੀਜ਼ਾ ਤੋ ਉਹ ਹੁਣ ਖਤਮ ਹੋ ਗਿਆ ਉਹਨੂੰ ਪ੍ਰੋਰੋਗਾਨੀ ਦਿੱਤਾ ਗਿਆ ਹੈ ਵੀ ਤੇ ਉਹਦੇ ਬਾਰੇ ਗੱਲ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਰੈਡੀ ਦੀ ਐਮਰਜੈਂਸੀ ਸਾਦੇ ਜਿਹੜੇ ਬੰਦਿਆਂ ਨੇ ਦਮੰਦੇ ਕੀਤੇ ਸਨ ਰੈਡੀ ਰੈਤੂ ਐਮਰਜੈਂਸਾ ਨਾਜ਼ਬੀਦਾਤੋ ਉਹਨਾਂ ਦੇ ਪੈਸੇ ਜਿਹੜੇ ਨੇ ਦੂਸਰੀ ਜਿਹੜੀ ਹੈ ਐਮਸ ਦੀ ਤਰਫੋਂ ਆਫੀਸ਼ੀਅਲੀ ਜਿਹੜੀ ਅਪਡੇਟ ਆਈ ਹੈ ਉਹਦੇ ਅਕੋਰਡਿੰਗ ਉਹਨਾਂ ਦੇ ਪੈਸੇ ਸੋਮਵਾਰ ਤੋਂ ਦੂਸਰੀ ਕਿਸ਼ਤ ਦੇ ਪੈਸੇ ਆ ਜਾਣਗੇ ਉਮੀਦ ਹੈ ਜਾਂ ਫਿਰ ਅੱਜ ਹੀ ਤਾਂ ਆ ਜਾਏਗਾ ਜੇ ਤੁਹਾਨੂੰ ਅੱਜ ਹੀ ਤਾਂ ਆ ਚੁੱਕੇ ਹੋਇਆ ਤਾਂ ਤੁਸੀਂ ਕਮੈਂਟ ਦੇ ਵਿੱਚ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਹੈ ਵੀ con li sostenia bis arrivano oltriori quattro quote di razzi di emergenza char hor ratte hon retti emergenza de manzilita jide mehan de ne junior luglio agosto settembre 2021 me sorry june july agosto september 2021 de esclusi discopati or jide naspi vela lende si o jande scopati jinna nu programma milia si covid de karke onna de le rat di emergenza da damanda esvari ਅਫਸੋਸ ਦੇ ਨਾਲ ਨਹੀਂ ਹੈ ਵੀ ਤੇ ਜੇ ਤੁਹਾਨੂੰ ਜਿਹੜੇ ਦਿਸ਼ਕ ਬਾਤੀ ਨੇ ਜਿਨ੍ਹਾਂ ਦੇ ਨਾਲ ਰੈਦ ਦੇ ਅਮਰਜੈਂਸੀ ਦਾ ਪਿਛਲਾ ਦਮਾਦਾ ਕੀਤਾ ਹੋਇਆ ਸੀ ਉਹਨਾਂ ਨੂੰ ਪਹਿਲੀ ਕੇਸ 16 ਨੂੰ ਆ ਚੁੱਕੀ ਹੋਈ ਹੈ ਜੇ ਤੁਹਾਨੂੰ ਦੂਸਰੀ ਕੁਇਸ ਤੇ ਐਜੀ ਤੋਂ ਆ ਜਾਏ ਤਾਂ ਕਮੈਂਟ ਦੇ ਵੀ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਕਿ ਬਾਕੀ ਨੂੰ ਪਤਾ ਲੱਗਿਆ ਤੇ ਬੇਸਿਕਲੀ ਜੀ ਇਹਦੀ ਇਹਦੇ ਲੱਗਦੇ ਨੇ ਪੈਸੇ ਨਾਰਮਲੀ ਮਿਨੀਮਮ ਇੱਕ ਬੰਦੇ ਦੇ 400 ਯੂਰੋ ਔਰ ਮੈਕਸਿਮਮ 800 ਯੂਰੋ ਲੇਕਿਨ ਇਹ ਅਲੇਵਾ ਬਿਲੇ ਇਹ ਵੱਧ ਜਾਂਦੇ ਨੇ 840 ਯੂਰੋ ਤੱਕ ਯਾਨੀ ਕਿ 800 ਤੋਂ 840 ਯੂਰੋ ਤੱਕ ਵੱਜ ਜਾਂਦੇ ਨੇ ਇਹਦੇ ਲਈ ਬੇਸਿਕਲੀ ਜਿਹੜਾ ਈਜ਼ੇ ਦੀ ਗੱਲ ਕਰੀਏ ਤਾਂ ਇਹਦੇ ਜਿਹੜਾ ਇਹ ਇਹਦੇ ਲਈ 30000 ਤੱਕ ਲਿਮਿਟਡ ਈਜ਼ ਹੈ ਜਿਹੜਾ 30000 ਤੱਕ ਇਹ ਯੂਰੋ ਕਰ ਦਿੱਤੀ ਗਈ ਹੈ ਇਹ ਵੀ ਇੱਕ ਖੁਸ਼ਹਾਲ ਚੀਜ਼ ਹੈ ਕਿ ਹੋਣ ਹੋਰ ਜ਼ਿਆਦਾ ਬੰਦੇ ਐਡ ਹੋ ਸਕਦੇ ਨੇ ਰੱਦ ਦੇ ਅਮਰਜੈਂਸੀਸ ਲਈ ਇਹ ਪਰਤੀਰੇ ਕਰ ਰਿਹਾ ਹੈ ਸਟਾਰਟ ਹੋ ਰਿਹਾ ਹੈ ਦਮਾਂ ਦਾ ਪ੍ਰੀਮੋਲੂਲਿਓ ਦੂ ਮਿਲਾ 21 ਯਾਨੀ ਕਿ ਦਮਾਂਦਾ ਕਰਨੇ ਦਾ ਪਲੇਟਫਾਰਮ ਜਿਹੜਾ ਹੈ ਸਟਾਰਟ ਹੋ ਰਿਹਾ ਹੈ ਤੁਸੀਂ ਕਰ ਸਕੋਗੇ ਦਮਾਂਦਾ 1 ਜੁਲਾਈ 2021 ਦੇ ਵਿੱਚ ਯਾਨੀ ਕਿ 1 ਜੁਲਾਈ ਤੋਂ ਤੁਸੀਂ ਸਟਾਰਟ ਹੈ ਦਮਾਂਦਾ ਤੁਸੀਂ ਆਪਣਾ ਦਮਾਂਦਾ ਕਰ ਸਕਦੇ ਹੋ ਦਮਾਂਦਾ ਤੁਸੀਂ ਕਰਨਾ ਕਿੱਥੋਂ ਹੈ ਔਨਲਾਈਨ ਸੁਲਸੀਤ ਟੂ ਡੀਮਸ ਈਮਸ ਦੀ ਔਨਲਾਈਨ ਜਿਹੜੀ ਵੈਬਸਾਈਟ ਹੈ ਉੱਥੋਂ ਕਰਦੇ ਕਰ ਸਕਦੇ ਤੁਸੀਂ ਅਤਰੇਵਰਸੋ ਇਲ ਸਰਵਿਜੀਓ ਡੈਡਿਕਾਟੋ ਸਪੈਸ਼ਲ ਜਿਹੜੀ ਸਰਵਿਸ ਡੈਲੀਕੇਟ ਕੀਤੀ ਗਈ ਹੈ ਉਹਦੇ ਥਰੂ ਕਰ ਸਕਦੇ ਹੋ ਜਿਵੇਂ ਕਿ ਮੈਂ ਵੀਡੀਓ ਬਣਾ ਚੁੱਕਿਆ ਹਾਂ ਇਹਦੇ ਦਾ ਕਿ ਕਿਰਤੈਦੀ ਟੂ ਡੀ ਅਮਰਜੈਂਸਾ ਦਾ ਕਿਵੇਂ ਦਮਾਂਦਾ ਕਰਨਾ ਹੈ ਤੁਸੀਂ ਇਸ ਵੀਡੀਓ ਤੋਂ ਫਾਇਦਾ ਉਠਾ ਕਿਉਂਕਿ ਆਟੋਮੈਟਿਕ ਕਿਸੇ ਦਾ ਨਹੀਂ ਆਵੀ ਜਿਨ੍ਹਾਂ ਨੇ ਪਹਿਲੇ ਵੀ ਲਿਆ ਪੈਸੇ ਅ ਮਾਰਚ ਅਪ੍ਰੈਲ ਮਈ ਦੇ ਉਹਨਾਂ ਨੂੰ ਵੀ ਨਵਾਂ ਦਮੰਦਾ ਕਰਨਾ ਪੈਣਾ ਜਾਂ ਫਿਰ ਅ ਔਰ ਇਹਦੇ ਲਈ ਆਪਣੀ ਸਪੇਡ ਦੀ ਆਈਡੀ ਵਗੈਰਾ ਜਾਂ ਇੰਪਸ ਦੀ ਇਲਪੀਨ ਵਗੈਰਾ ਹੋਣੀ ਚਾਹੀਦੀ ਹੈ ਤੇ ਤੀਰਵੀਂ ਤੇ ਸਰਵਿਸ ਉਹ ਜਿਹੜੀ ਸਰਵਿਸਿਜ਼ ਹੈ ਨੇ ਕਾਫੀ ਪਤਰੋਨਾਤੀਆਂ ਸੀਜੀਐਲ ਵਗੈਰਾ ਜਿਹੜੇ ਅਸੀਂ ਜਾਣਦੇ ਆ ਇਹਨਾਂ ਦੇ ਥਰੂ ਵੀ ਤੁਸੀਂ ਦਮੰਦਾ ਕਰ ਸਕਦੇ ਹੋ ਦੇ ਰਿਕੁਆਇਰਮੈਂਟ ਜਿਹੜੀ ਜਿਵੇਂ ਕਿ ਮੈਂ ਕਈ ਵੀਡੀਓ ਬਣਾ ਚੁੱਕਿਆ ਹਾਂ ਤੁਹਾਨੂੰ ਪਤਾ ਹੀ ਹੈ ਇਜ਼ੇਟ ਦੀ ਸਿਰਫ ਵੈਲਿਊ ਵਧੀ ਹੋਈ ਹੈ ਬਾਕੀ ਰਿਕੁਆਇਰਮੈਂਟ ਸੇਮ ਹੀ ਹੈ ਤੇ ਉਹਨੂੰ ਬੈਲੋਰੇ ਵੈਲਿਊ ਕਿਵੇਂ ਲੱਗਦੀ ਹੈ ਜੀ ਬੇਸਿਕਲੀ ਵੈਲਿਊ ਜੇ 2.1 ਦੀ ਲੱਗ ਜਾਣਾ ਤੇ ਤੁਹਾਡੇ ਪੈਸੇ ਬਣ ਜਾਂਦੇ ਨੇ ਇਕੁਅਲੀ 840 ਯੂਰੋ ਦੇ ਲੇਕਿਨ ਉਹ ਹੈਂਡੀਕੈਪ ਦੀ ਕੈਟਾਗਰੀ ਵਿੱਚ ਕੋਈ ਤੁਹਾਡਾ ਬੰਦਾ ਕਰਦਾ ਮੈਂਬਰ ਹੋਵੇ ਤੇ 2 ਸ਼ਰੀਕ ਦੀ ਵੈਲਿਊ ਤਾਂ ਲੱਗਦੀ ਹੈ ਤੇ ਜੇ ਵੈਲਿਊ ਹੋਵੇ 1 ਦੀ ਫੋਰ ਐਗਜ਼ਾਮਪਲ ਐਥੇ ਹੋਂ ਦਸਰੇ ਨੇ ਵੈਲਿਊਜ਼ ਅਗੇ ਜਿਹੜੀ ਕਿ ਅਸੀਂ ਡਿਟੇਲ ਨਾਲ ਦੱਸ ਸਕਦੇ ਹਾਂ ਉਹਨਾਂ ਅਡਲ ਤੋਂ ਇੱਕ ਅਡਲਟ ਹੋਵੇ ਸਕਾਲ ਦੀ ਇਕਵਲ ਇਕਵੈਲੈਂਸਾ 1 ਇਹ ਇੱਕ ਦਾ ਸਕਾਲਾ ਲੱਗੇਗਾ ਇਹਨੂੰ ਇਹਨੂੰ 400 ਯੂਰੋ ਮਿਲਣਗੇ ਉਹਨਾਂ ਅਡਲ ਤੋਂ ਉਹਨਾਂ ਮੀਨੋਰੇ ਨੇ ਇੱਕ ਕਾਮੂਮਰ ਔਰ ਇੱਕ ਜਿਹੜਾ ਅਡਲਟ ਹੋਵੇ ਇੱਕ ਬੱਚਾ ਇੱਕ ਬੜਾ ਇਹਨਾਂ ਨੂੰ ਵੀ 1.2 ਦੀ ਵੈਲਿਊ ਲੱਗੇਗੀ ਇਹਨਾਂ ਨੂੰ 400 ਸੀ ਮਿਲਣਗੇ ਜਾਂ ਫਿਰ ਦੋ ਅਡਲਤੀ ਜਾਂ ਫਿਰ ਦੋ ਜਵਾਨ ਬੰਦੇ ਮਰਾ ਅਡਲਟ ਹੋਣ ਤੇ ਉਹਨਾਂ ਨੂੰ 1.4 ਦੀ ਵੈਲਿਊ ਲੱਗੇਗੀ ਯਾਨੀ ਕਿ 560 ਯੂਰੋ ਜਾਂ ਫਿਰ ਦੋ ਐਡਲਟੀ ਜਾਂ ਫਿਰ ਦੋ ਅਡਲਟ ਹੋਵਣ ਉਹਨ ਮਿਨੋਰੇਨੇ ਜਾਂ ਫਿਰ ਇਹ اور ਇੱਕ ਬੱਚਾ ਜਿੰਨ ਕੇ ਟੋਟਲ 3 ਹੋਗੇ ਇਹਨਾਂ ਨੂੰ 1.6 ਦੀ ਵੈਲਿਊ ਲੱਗੇਗੀ ਇਹਨਾਂ ਨੂੰ 640 ਯੂਰੋ ਆ ਸਕਦੇ ਨੇ ਤੇ ਜਾਂ ਫਿਰ ਦੋ ਐਡਲਟੀ ਦੋ ਮਿਨੋਰੇਨੀ ਜਾਂ ਫਿਰ ਦੋ بڑے اور ਦੋ ਛੋਟੇ ਹੋਣ ਤੇ ਇਹਨਾਂ ਨੂੰ ਵੈਲਿਊ ਲੱਗੇਗੀ 1.8 ਦੀ 700 ਤੇ 20 ਯੂਰੋ ਦੋ ਐਡਲਟੀ ਦੋ ਮਿਨੋਰੇਨੀ اور ਦੋ ਬੜੇ اور دو بچے ਹੋਣ ਤੇ سوری ਤਰੇ ਅਡਲਤੀ ਤਿੰਨ ਅਡਲਟ ਹੋਣ ਤੇ دو بچے ਹੋਣ ਤੇ ਇਹਨਾਂ ਨੂੰ ਲੱਗੇਗਾ ਸਕਾਲਾ ਇਕਵਲੈਂਟ ਸਕਾਲਾ ਦੀ ਇਕਵਲੈਂਜ਼ਾ ਐ 2 ਇਹਦਾ ਮਤਲਬ ਹੈ ਉਹਨਾਂ ਨੂੰ 800 ਯੂਰੋ ਮਿਲਣਗੇ ਪੰਜ ਫੈਮਿਲੀ ਮੈਂਬਰ ਹੋਗੇ ਦੋ ਬੱਚੇ اور ਤਿੰਨ ਬੜੇ ਤਰੇ ਅਡਲਤੀ ਦੂਏ ਮਿਨੋਰਿਨੀ ਦੁਰੇ ਤਿੰਨ ਅਡਲਟ اور ਦੋ ਬੱਚੇ ਹੋਣ ਤੇ اور ਇਹਦੇ ਵਿੱਚੋਂ ਇ ਮਿਨੋਰਿਨੀ ਦੀ ਕੁਇ 1 ਨੋ ਕੋਂਪੋਨੈਂਟ ਡਿਸਾਬਿਲੇ ਇਹ ਔਰ ਇਹਨਾਂ ਵਿੱਚ ਜੋ ਇੱਕ ਹੈਂਡੀਕੈਪ ਦੀ ਕੈਟਾਗਰੀ ਦੇ ਵਿੱਚ ਹੋਵੇ ਬੱਚਾ ਵਗੈਰਾ ਨਾਲ ਚ ਕੋਈ ਤੇ ਉਹਨਾਂ ਨੂੰ ਉਸ ਕਾਰਨ ਲੱਗੇਗਾ ਇਕਵੈਲੈਂਸਾ 2.11 ਤੋਂ 1 ਦਾ ਉਹਦਾ ਮਤਲਬ ਹੈ ਕਿ ਉਹਨਾਂ ਨੂੰ ਮੈਕਸਿਮਮ 840 ਯੂਰੋ ਤੱਕ ਮਿਲ ਸਕਦੇ ਨੇ ਤੇ ਲੋ ਜੀ ਤਿਆਰੀ ਕਰ ਲਓ ਆਪਣੀ ਡਾਕੂਮੈਂਟ ਪ੍ਰੇਪੇਅਰ ਕਰ ਲਓ ਆਪਣਾ ਐਈਜ਼ੇ ਵਗੈਰਾ ਪ੍ਰੇਪੇਅਰ ਕਰ ਲਓ ਕਿਉਂਕਿ ਤੁਸੀਂ ਦਵੰਦਾ ਕਰਨਾ ਹੈ ਦਵੰਦਾ ਸਟਾਰਟ ਹੋ ਰਿਹਾ ਹੈ 1 ਜੁਲਾਈ 2021 ਤੋਂ ਔਰ 31 ਜੁਲਾਈ ਤੱਕ ਇਹਨੇ ਐਕਸਪਾਇਰ ਹੋ ਜਾਣਾ ਹੈ ਤੇ ਪਹਿਲੇ ਕਰੋਗੇ ਪਹਿਲੇ ਆਓਗੇ ਪਹਿਲੇ ਪਾਓਗੇ ਪਹਿਲੇ ਦਮਾਂਦਾ ਕਰੋ ਔਰ ਪਹਿਲੇ ਪੈਸੇ ਪੈਸੇ ਹਸਲ ਕਰੋ 4 ਮਹੀਨੇ ਦੇ ਪੈਸੇ ਆਉਣੇ ਨੇ 4 ਰਾਤ ਤੇ ਆਉਣੇ ਨੇ ਅਪਲਾਈ ਕਰਾਂਗੇ ਅਪ